ਆ ਜਾ ਕੇ ਦਸਤਕ ਦਿੱਤੀ। ਉਹਨੇ ਕਿਹਾ ਅਬੂ ਬਕਰ ਨਵੀਂ ਗੱਲ ਸੁਣ ਲੈ, ਉਹ ਇੱਕ ਰਾਤ ਵਿੱਚ ਬੈਤੁੱਲਾ ਤੋਂ ਅਕਸਾ ਤੱਕ ਤੇ ਅਕਸਾ ਤੋਂ ਸੱਤਾਂ ਅਸਮਾਨਾਂ ਦੀ ਸੈਰ ਕਰਕੇ ਆ ਜਾਏ। ਕਿਹਾ ਇਹ ਜੋ ਹੋ ਸਕਦਾ ਹੈ? ਅੱਲਾਹ ਅੱਗੇ ਅਬੂ ਬਕਰ ਸੀ, ਅੱਲਾਹ ਅਬੂ ਬਕਰ ਸੀ, ਫਰਮਾਇਆ ਇਹ ਦੱਸ ਆਖਿਆ ਕਿ ਨਹੀਂ? ਅੱਲਾਹ ਉਹਨੇ ਆਖਿਆ ਤੇਰੇ ਯਾਰ ਆਖਿਆ, ਉਹਨੇ ਆਖਿਆ ਜੇ ਯਾਰ ਆਖਿਆ ਮੇਰਾ ਹੱਥ ਇਮਾਮ ਅਲਬਾਨੀ ਰਹਿਮਤੁਲਲਾਹ ਅਲੈਹ ਨੇ ਸੀਰਤ ਤੇ ਕਿਤਾਬ ਲਿਖੀ ਤੇ ਸੀਰਤ ਤੇ ਕਿਤਾਬ ਲਿਖਦਿਆਂ ਮਿਰਾਜ ਤੇ ਪਹੁੰਚੇ ਤੇ ਰੂਹ ਪ੍ਰਵਾਦ ਕਰ ਗਈ, ਰੂਹ ਮਿਰਾਜ ਕਰ ਗਈ। ਹਾਂਜੀ ਹਾਂ, ਇਮਾਮ ਅਲਬਾਨੀ ਰਵਾਇਤ ਲਿਆਂਦੀ ਤੇ ਰਵਾਇਤ ਬੜੀ ਦਿਲਚਸਪ ਹੈ ਹਜ਼ਰਤ, ਆਜ਼ਰਾ ਸੁਣਨਾ। ਮੈਂ ਰਵਾਇਤ ਪੜ੍ਹ ਰਿਹਾ ਸਾਂ, ਮੇਰੇ ਦਿਲ ਨੂੰ ਠੰਡ ਪੈਣ ਰਹੀ ਸੀ। ਆ ਰਵਾਇਤ ਤੇ ਗੌਰ ਕਰ, ਇਮਾਮ ਅਲਬਾਨੀ ਰਵਾਇਤ ਲਿਆਂਦੀ, ਉਲਮਾ ਬੈਠੇ ਨੇ, ਅਲਬਾਨੀ ਰਵਾਇਤ ਲਿਆ ਤੇ ਕੋਈ ਗੱਲ ਮਾਮੂਲੀ ਨਹੀਂ ਹੈ। ਇਮਾਮ ਅਲਬਾਨੀ ਰਵਾਇਤ ਲਿਆਂਦੀ, ਸੀਰਾ ਨਬੀਆ ਸਈਆ ਜੇ ਤੇ ਕੀ ਲਿਖਿਆ ਹੈ? ਨਬੀ ਪਾਕ ਨੇ ਜਦੋਂ ਮਿਰਾਜ ਕੀਤਾ, ਅਬੂ ਜਾਲ ਨੂੰ ਅਬੂ ਬਕਰ ਨੇ ਕੀ ਆਖਿਆ? ਓਏ ਅਬੂ ਜਾਲ ਸੁਣ ਲੈ ਧਿਆਨ ਨਾਲ, ਲਗਦ ਵਤੁਲ ਔ ਰਵਤੁਲ, ਓ ਤੂੰ ਅੰਨਾ ਇੱਕੋ ਰਾਤ ਵਿੱਚ ਬੈਤੁੱਲਾ ਤੋਂ ਅਕਸਾ ਤੱਕ ਮੈਨੂੰ ਮੇਰਾ ਨਬੀ ਆਖੇ, ਰਾਤ ਦੀ ਘੜੀ ਵਿੱਚ ਜਾਂ ਦਿਨ ਦੀ ਘੜੀ ਵਿੱਚ ਮੈਂ ਸੱਤਾਂ ਅਸਮਾਨਾਂ ਦੀ ਸੈਰ ਕਰਕੇ ਆਇਆ, ਮੈਂ ਮੰਨਦਾ ਨਕਸ਼ਾ ਜਿਸ ਮੇਂ ਯੇ ਸਫਾਈ ਹੋ, ਉਦਰ ਫਰਮਾਨੇ ਮੁਹੰਮਦ ਹੋ ਲੱਗਦਾ ਦੇ ਬੇਸ਼ੱਕ। ਜਦੋਂ ਹਦੀਸ ਸਹੀ ਹੈ, ਸੈਂਸ ਨੂੰ ਮੰਨਣਾ ਹੈ, ਨਬੀ ਨੂੰ ਨਹੀਂ ਮੰਨਣਾ, ਸੈਂਸ ਨੂੰ ਮੰਨਣਾ ਹੈ। ਕਿਉਂ ਜੀ? ਜਦੋਂ ਨਬੀ ਪਾਕ ਦਾ ਸ਼ੱਕੇ ਸਦਰ ਹੋਇਆ, ਉਹਨਾਂ ਕਈਆਂ ਕਿਹਾ ਲੈ ਦਿਲ ਬਾਹਰ ਕੱਢਿਆ ਜਾਏ, ਬੰਦਾ ਮਰ ਜਾਂਦਾ। ਬੜੀਆਂ ਸਦੀਆਂ ਦੇ ਗੱਲ ਚੱਲਦੀ ਹੈ, ਮੁਨਕਰੀ ਨੇ ਹਦੀਸ ਇਨਕਾਰ ਕਰਦੇ ਆਏ। ਅੱਜ ਸਾਇੰਸਦਾਨ ਡਾਕਟਰ ਦੀ ਮੰਨਦੇ ਪਏ ਨੇ, ਬਿਲ ਤੋਂ ਜਨਾਬ ਦਿਲ ਬਾਹਰ ਨਿਕਲਦਾ ਹੈ ਜੀ, ਬਾਈਪਾਸ ਹੁੰਦਾ ਹੈ। ਕਿਉਂ ਬਈ? ਹੁੰਦਾ ਕਿ ਨਹੀਂ ਹੁੰਦਾ? ਓਏ ਹੁਣ ਮੰਨਣਾ ਨਾ, ਉਹ ਸਿਆਬਾ 1400 ਸਾਲ ਪਹਿਲੂ ਮੰਨੇ। ਅੱਲਾਹ ਐਵੇਂ ਰੱਬ ਕਹਿੰਦਾ ਇਮਾਨ ਉਜਦਾ ਚਾਹੀਦਾ। ਬੇਸ਼ੱਕ ਮੈਂ ਅਰਦ ਕਰਨਾ ਚਾਹਨਾ, ਸੰਧ ਸਹੀ ਹੋਣੀ ਚਾਹੀਦੀ ਹੈ, ਰਵਾਇਤ ਸਹੀ ਹੋਣੀ ਚਾਹੀਦੀ ਹੈ। ਜਦੋਂ ਸਾਬਤ ਹੋ ਜਾਏ ਪੈਗੰਬਰ ਨੇ ਆਖਿਆ ਹੈ, ਫਿਰ ਇਹ ਨਾ ਆਖਿਆ ਕਰ ਮੇਰੀ ਅਕਲ ਨਹੀਂ ਮੰਨਦੀ। ਓਏ ਰੱਬ ਦੀ ਕਸਮ, ਉਹ ਬੜੇ ਬੜੇ PhD ਤੇ MPhil ਪਿੱਛੇ ਰਹਿ ਜਾਣੇ ਜੇ, ਹਰ ਵਾਣ ਵਾਲੇ ਕਾਨਕ ਜਾਣੇ ਜੇ। ਐਵੇਂ ਨਬੀ ਪਾਕ ਨੇ ਨਹੀਂ ਸੀ ਫਰਮਾਇਆ ਬਿਲਾਲ ਕਿਹੜੇ ਅਮਲ ਕਰਨਾ ਹੈ? ਮੈਂ ਮਿਰਾਜ ਕਰਨ ਗਿਆ ਵਾਂ, ਮੈਂ ਜੰਨਤ ਦੇ ਵਿੱਚ ਤੇਰੇ ਕਦਮਾਂ ਦਾ ਖੜਾ ਕੇ ਆਪਣੇ ਕੰਨਾਂ ਨਾਲ ਸੁਣ ਕੇ ਆਇਆ।
ਆਖਿਆ ਸੀ ਨਾ ਨਬੀ ਪਾਕ, ਹਾਂ ਐਵੇਂ ਨਹੀਂ ਆਖਿਆ। ਉਹ ਬਿਲਾਲ ਸਾਦਾ ਜਿਹਾ ਬੰਦਾ ਸੀ ਪਰ ਉਹਨੇ ਦਿਲੋਂ ਮੰਨਿਆ ਸੀ। ਅਬੂ ਲਾਬ ਬੜਾ ਸੋਹਣਾ ਸੀ, ਕਿਉਂ ਬਾਈ? ਆਏ ਅਬੂ ਲਾਬ ਉਹਦੇ ਗੱਲਾਂ ਬੜੀਆਂ ਭਰੀਆਂ ਸਨ ਤੇ ਬੜਾ ਲਾਲ ਸੂਆ ਰੰਗ ਸੀ, ਪਰ ਵੇਖ ਲੈ ਉਹਨੇ ਨਹੀਂ ਮੰਨੀ ਤੇ ਬੇੜਾ ਗਰਕ ਹੋ ਗਿਆ। ਤਬਤ ਯਦਾਂ ਅਭੀ ਲਹਬੂ ਮਤਬ ਅੱਲਾ ਨਾਲ ਕਰਨਾ ਚਾਹਨਾ ਆਈਏ ਨਬੀ ਪਾਕ ਦੇ ਸਿਹਾਬਾ ਸਿੱਦੀਕੋ ਸਿੱਦੀਕੋ ਹੈਦਰ। ਉਹ ਹੈਦਰ ਦੀਆਂ ਸੁਣਾਵਾਂ ਤੇ ਕੀ ਸੁਣਾਵਾਂ, ਇਮਾਨ ਇਹਦਾ ਵੀ ਬੜਾ ਯਾਦ ਆਏ। ਇਮਾਨ ਕੈਸਾ ਯਾਦ ਆਏ, ਹਜ਼ਰਤ ਅਲੀ ਕੀ ਆਂਦੇ ਨੇ, ਮੈਂ ਕਲਮਾ ਪੜਿਆ ਤੇ ਮੈਂ ਨਬੀ ਦੇ ਪਿੱਛੇ ਇੰਜ ਚੱਲਿਆ ਜਿਵੇਂ ਚਾਹ ਆਪਣੀ ਮਾਂ ਦੇ ਪਿੱਛੇ ਪਿੱਛੇ। ਬਚਪਨ ਤੇ ਛੋਟੀ ਉਮਰ ਤੇ ਕਲਮਾ ਪੜ ਲਿਆ, ਜ਼ੇਹਨ ਹਰ ਸ਼ੈ ਪਿਕ ਕਰਦਾ ਤੇ ਨਬੀ ਪਾਕ ਦੇ ਨਾਲ 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 ਉਹਨੇ ਆਖਿਆ ਮੈਂ ਇੰਜ ਪਿੱਛੇ ਚੱਲਿਆ ਜਿਵੇਂ ਜਾ ਆਪਣੀ ਮਾਂ ਦੇ ਪਿੱਛੇ ਪਿੱਛੇ ਚੱਲ। ਹਾਏ ਹਾਏ ਹਜ਼ਰਤ ਅਲੀ ਇੰਨੀ ਪੈਰਵੀ ਕੀਤੀ, ਰੱਬ ਇੰਨਾ ਇਲਮ ਦੇ ਛੱਡਿਆ ਅਲੀ ਨੂੰ। ਖੁਦਬਾ ਦੇਦੇ ਆ ਕੂਫੇ ਦੀ ਮਸਜਿਦ ਚ ਵਰਮਾਉਂਦੇ ਨੇ, ਔਰ ਮੈਨੂੰ ਪੁੱਛ ਲਓ ਕਿਹੜੀ ਐਤ ਮੱਕੇ ਨਾਲ ਹੋਈ, ਕਿਹੜੀ ਮਦੀਨੇ ਹੋਈ, ਕਿਹੜੀ ਪਹਾੜ ਤੇ ਹੋਈ, ਕਿਹੜੀ ਸਹਰਾ ਤੇ ਹੋਈ, ਕਿਹੜੀ ਜਨਾਬੇ ਅਲੀ ਸਫ਼ਰ ਤੇ ਹਜ਼ਰਤ ਦੇ ਕਿਹੜੇ ਮੁਕਾਮ ਤੇ ਹੋਈ, ਕਿਹਦੇ ਬਾਰੇ ਹੋਈ, ਮੈਨੂੰ ਪੁੱਛ ਲਓ। ਜਿਵੇਂ ਦੁਨੀਆਂ ਪੁੱਛਦੀ ਜਾਏ ਅਲੀ ਦੱਸ ਹਜ਼ਰਤ ਕੋਈ ਮਾਮੂਲੀ, ਬੜਾ ਇਲਮ ਹਜ਼ਰਤ ਅਲੀ। ਮੈਂ ਕੁਰਬਾਨ ਜਾਵਾਂ ਆਈਏ ਕੁਰਾਨ ਦੇਸ਼ ਦੇ ਹਜ਼ਾਰ ਅਲੀ ਦਾ ਸਹੀ ਰਿਵਾਇਤ। ਹਜ਼ਰਤ ਉਸਮਾਨ ਦਾ ਦੌਰੇ ਖਿਲਾਫਤ ਦੇ ਇੱਕ ਬੱਚਾ ਪੈਦਾ ਹੋਇਆ, ਸ਼ਾਦੀ ਹੋਣ ਤੋਂ 6 ਮਹੀਨੇ ਬਾਅਦ ਫੈਸਲਾ ਹੋ ਗਿਆ 6 ਮਹੀਨੇ ਦਾ ਬੱਚਾ ਨਹੀਂ ਹੁੰਦਾ ਲਿਆ।